ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕੁਮ ਮੈਂ ਦਿਲਾਵਰ ਬਸਰਾ ਅਮੀਦ ਕਰਨਾ ਤੁਸੀਂ ਸਾਰ ਠੀਕ ਠਾਕ ਹੋਗੇ ਅੱਜ ਦਾ ਵਲੋਗ ਕਰਨਾ ਸਟਾਰਟ ਅਤੇ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਕੁੱਲਾਂ ਦਾ ਖਤਮ ਕਰਵਾ ਆਏ ਅਸੀਂ ਅਤੇ ਉਸ ਤੋਂ ਬਾਅਦ ਨਾ ਮਿਸਤਰੀ ਜਿਹੜੇ ਨੇ ਮੈਂ ਆਖਿਆ ਕੋਈ ਵਾਢੀਆਂ ਹੋਣੀਆਂ ਕਿਤੇ ਨਿਕਲ ਨਾ ਜਾਣ ਉਹ ਨਾ ਪਲਸਤਰ ਹੋਏ ਨਾ ਤਾਂ ਪਹਿਲਾਂ ਨਿਕਲ ਜਾਣ ਛੁੱਟੀਆਂ ਛੱਡੀਆਂ ਕਰ ਜਾਣ ਅਤੇ ਮੈਂ ਕਿਹਾ ਇਸ ਵਾਸਤੇ ਇਹਨਾਂ ਮਿਸਤਰੀਆਂ ਨੂੰ ਲਾ ਕੇ ਟਾਈਮ ਨਾਲ ਕੰਮ ਕਲੀਅਰ ਕਰੀਏ ਅਤੇ ਮਿਸਤਰੀ ਜਿਹੜੇ ਨੇ ਉਹ ਪਲਸਤਰ ਦਾ ਕੰਮ ਉਹਨਾਂ ਕਰ ਦਿੱਤਾ ਸ਼ੁਰੂ ਥਾਲਾ ਬਣਾ ਕੇ ਰੱਖਿਆ ਉਹਨਾਂ ਨੇ ਇੱਥੋਂ ਖੜ ਖੜ ਜਿਹੜੇ ਤੇ ਹੁਣ ਇੱਕ ਜਿਹੜਾ ਮਜ਼ਦੂਰ ਹੈ ਉਹਨੂੰ ਮੈਂ ਕਿਹਾ ਤੂੰ ਛਾਪ ਲਾਈ ਦਾ ਅਤੇ ਮਿਸਤਰੀ ਦਾ ਨਾ ਉਹ ਆਪਣਾ ਕੰਮ ਨਿਬੇ ਇਹ ਮੋਬਾਈਲ ਉਹਨਾਂ ਮੈਨੂੰ ਫੜਾ ਦਿਓ ਨਹੀਂ ਫਿਰ ਇਹ ਮੋਬਾਈਲ ਮੈਨੂੰ ਫੜਾ ਦਿਓ ਨਹੀਂ ਫਿਰ ਸ਼ਾਬਾ 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 ਬਣਾ ਕੇ ਛਾਪ ਲਾਣੀ ਪੂਰੀ ਪੂਰੀ ਪਤਾ ਲੱਗੇ ਕਾਰੀਗਰ ਬੰਦੇ ਨੇ ਛਾਪ ਲਾਈ ਇੰਜ ਬਹੁਤ ਥੱਬੇ ਵੀ ਨਹੀਂ ਪੈਣ ਨੇ ਉੱਤੇ ਉਹ ਯੂਸਫ ਹੈ ਨਵਾਂ ਬੰਦਾ ਤਜਰਬਾ ਨਹੀਂ ਹੈਗਾ ਸਾਡਾ ਸ਼ਾਬਾ ਸ਼ਾਬਾ ਤੂੰ ਮਸਾਲਾ ਲੈ ਰਿਹਾ ਚਾਹੀਦਾ ਉਹ ਛਾਪ ਲਾਈ ਜਾਂਦਾ ਸ਼ਾਮ ਦੇ 5 ਵਜੇ ਚਲੇ ਨੇ ਤਾਂ ਅਲਹਮਦੁਲਿਲਾ ਮਿਸਤਰੀਆਂ ਨੇ ਇੱਕ ਦੀਵਾਰ ਜਿਹੜੀ ਨਾ ਉਹ ਪਲਸਤਰ ਕਰ ਦਿੱਤੀ ਹੈ ਅਤੇ ਬਾਕੀ ਸਵੇਰੇ ਆਣ ਕੇ ਕਰਨਗੇ ਉਹਦੇ ਵਾਸਤੇ ਰੇਤ ਰੂਤ ਹੁਣ ਸਟਵਾਉਂਦੇ ਆ ਉਹਨਾਂ ਕੋਲ ਚਲੋ ਜੀ ਰੋਜ਼ੇ ਦੀ ਇਫਤਾਰੀ ਦਾ ਟਾਈਮ ਹੋ ਗਿਆ ਅਤੇ ਮਿਸਤਰੀਆਂ ਦੇ ਵਿਚਾਰੇ ਆਪਣਾ ਕੰਮ ਕਰਨ ਡਏ ਨੇ ਅਤੇ ਅਸੀਂ ਆ ਗਏ ਦੋ ਜਣੇ ਮੈਂ ਅਤੇ ਫਲਕ ਜਿਹੜਾ ਨਾ ਰੋਜ਼ਾ ਇਫਤਾਰ ਕਰਨ ਲੱਗੇ ਆ ਅਤੇ ਰੋਜ਼ਾ ਇਫਤਾਰੀ ਦੇ ਵਿੱਚ ਸਾਡੇ ਕੋਲ ਨੇ ਤਰਬੂਜ਼ੇ ਖਜੂਰਾਂ ਚਾਵਲ ਆਲੂ ਚਿਪਸ ਖੀਰੇ ਅਤੇ ਰਾਇਤਾ ਅਤੇ ਨਾਲ ਆਲੂ ਇਮਲੀ ਦਾ ਪਾਣੀ ਇਫਤਾਰ ਕਰਨ ਦਾ ਟਾਈਮ ਹੋ ਗਿਆ ਰੋਜ਼ਾ ਇਫਤਾਰ ਕਰ ਲਓ ਅੱਲਾਹੁਮਾ ਇੰਨੀ ਇਲਾਕਾ ਸੁਮ ਤੋਂ ਵਾਦੀ ਕਮਨ ਤੋਂ ਵਾਲੀ ਕਤਵਕਲ ਤੋਂ ਵਾਲਾ ਇੱਕ ਇਫਤਾਰ ਬਿਸਮਿਲ੍ਲਾਹਿ ਰਹਿਮਾਨ ਰਹੀਮ ਜੀ ਅਲਹਮਦੁਲਿਲਾ ਕੱਲ੍ਹ ਜਿਹੜੀ ਨਾ ਇੱਕ ਦੀਵਾਰ ਪਲਸਤਰ ਕਰ ਦਿੱਤੀ ਮਿਸਤਰੀਆਂ ਨੇ ਅਤੇ ਅੱਜ ਸੁਬਾਹ ਆਣ ਕੇ ਦੂਸਰੀ ਦੀਵਾਰ ਨੂੰ ਲੱਗੇ ਨੇ ਅਤੇ ਜ਼ੋਰੋ ਜ਼ੋਰ ਅੱਜ ਉਹਨਾਂ ਨੂੰ ਆਉਂਦਿਆਂ ਨੂੰ ਮੈਂ ਸਫਾਈ ਤਰਾਈ ਯਾਨੀ ਕਿ ਇੱਟਾਂ ਨੂੰ ਜਿਹੜਾ ਤਾਰ ਪਾਣੀ ਨਾਲ ਕਰੀਦਾ ਅਤੇ ਰੇਤ ਨੂੰ ਛਾਣ ਕੇ ਰੱਖੀ ਸੀ ਵੀ ਆਣ ਕੇ ਮਿਸਤਰੀਆਂ ਨੂੰ ਰੈਸਟ ਨਾ ਕਰਨੀ ਪਏ ਆਣ ਕੇ ਬਹਾਨਾ ਨਾ ਲੱਭੇ ਕੋਈ ਵੀ ਯਾਰ ਹਜੇ ਤਾਂ ਮਜ਼ਦੂਰ ਜਿਹੜਾ ਸੀਮਟ ਬਣਾ ਰਿਹਾ ਉਹ ਸੀਮਟ ਸੁਮਟ ਦਾ ਕੰਮ ਮੈਂ ਪਹਿਲੇ ਮੁਕਾ ਕੇ ਰੱਖਿਆ ਆਹ ਦੇਖੋ ਆਹ ਜਿਹੜਾ ਮਾਸ਼ਾਅੱਲਾ ਕੱਲ੍ਹ ਆਹ ਦੀਵਾਰ ਕੀਤੀ ਸੀ ਅਤੇ ਅੱਜ ਆਹ ਦੀਵਾਰ ਸ਼ਾਬਾ 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 ਖਿੱਚ ਕੇ ਰੱਖ ਕੰਮ ਨੂੰ ਫਿਰ ਤੁਹਾਨੂੰ ਬੜਾ ਹੌਲਾ ਫਿਰ ਨਾਲ ਆ ਲਾਦੇ ਲਾਦੇ ਤਾਂ ਫਿਰ ਨਾ ਲੈ ਕੇ ਹੱਥ ਛੱਡ ਦੇ ਹੱਥ ਹੱਥਾਂ ਦਾ ਕੰਮ ਕਰ ਫਿਰ ਕੁਛ ਨਹੀਂ ਹੁੰਦਾ ਤੈਨੂੰ ਬਟਨ ਛੱਡ ਛੱਡਦਾ ਇੱਕ ਵਾਰੀ ਤੂੰ ਟੇਪ ਲੈ ਲੈ ਚੰਗੇ ਦਾ ਠੀਕ ਹੈ ਇੱਥੇ ਨੂੰ ਕੀ ਹੋਣਾ ਥੋੜੀ ਖਿੱਚ ਕੇ ਉੱਤੇ ਰੋੜਾ ਰੱਖ ਦੇ ਚਲੋ ਜੀ ਮਿਸਤਰੀਆਂ ਨੇ ਕੱਲ੍ਹ ਇੱਕ ਦੀਵਾਰ ਸਾਈਡ ਕੀਤੀ ਸੀ ਅਤੇ ਅੱਜ ਦੂਸਰੀ ਸਾਈਡ ਕਰਕੇ ਅਤੇ ਉਸ ਤੋਂ ਬਾਅਦ ਹੁਣ ਚੱਲੇ ਸਨ ਅਤੇ ਥੋੜ੍ਹਾ ਸੀਮਟ ਬਚਿਆ ਸੀ ਮੈਂ ਆਖਿਆ ਵੀ ਇੱਥੇ ਗੱਡੀ ਕੱਢੀ ਜੇ ਨਾ ਕਿਉਂਕਿ ਇੱਕ ਦਿਨ ਮੈਂ ਆਪੇ ਇੱਥੇ ਸੀਮਟ ਪਾਇਆ ਸੀ ਪਰਲੀ ਸਾਈਡ 'ਤੇ ਅਤੇ ਮੈਂ ਆਖਿਆ ਦੂਸਰੀ ਸਾਈਡ 'ਤੇ ਸੀਮਟ ਮੈਂ ਜਿਹੜਾ ਨਾ ਮਿਸਤਰੀ ਕੋਲ ਥੋੜ੍ਹਾ ਪਵਾ ਪਾ ਲੈਂਦਾ ਕਿਉਂਕਿ ਜਦੋਂ ਗੱਡੀ ਇੱਥੋਂ ਟਾਇਰ ਸਲਿੱਪ ਮਾਰ ਦੇਣਾ ਥੋੜ੍ਹੀ ਜਿਹੀ ਅਤੇ ਉਹ ਇੱਥੋਂ ਮਿੱਟੀ ਟੁੱਟੀ ਜਾਂਦੀ ਹੈ ਯਾਨੀ ਕਿ ਇੱਥੋਂ ਜਿਹੜੇ ਇੱਟਾਂ ਨੇ ਨਾ ਉਹ ਉੱਖੜ ਜਾਂਦੀਆਂ ਨੇ ਇਸ ਵਾਸਤੇ ਮੈਂ ਆਖਿਆ ਥੋੜ੍ਹਾ ਸੀਮਟ ਲਵਾ ਲਈ ਆਹ ਵੇਖੋ ਸੀਮਟ ਇੱਥੇ ਲਾ ਦਿੰਦੇ ਉਹ ਪਰਲੀ ਸਾਈਡ ਮੈਂ ਕਿਸੇ ਮੁੰਡਾ ਖਲੋਤਾ ਉਸ ਸਾਈਡ ਮੈਂ ਅੱਗੇ ਇੱਕ ਦਿਨ ਲਗਾ ਚਲੋ ਜੀ ਅੱਜ
ਪੰਜਵਾਂ ਰੋਜ਼ ਹੈ ਕਿ ਚੌਥਾ ਰੋਜ਼ ਹੈ ਅੱਜ ਪੰਜਵੇਂ ਰੋਜ਼ ਦੀ ਕਰਨ ਲੱਗੇ ਅਫਤਾਰੀ ਤੇ ਅਫਤਾਰੀ ਦੇ ਵਿੱਚ ਸਾਡੇ ਕੋਲ ਨੇ ਮੋਸੇ ਆਲੂ ਚਿਪਸ ਨਾਲ ਰਾਈ ਨਾਲ ਸਲਾਦ ਖਜੂਰਾਂ ਤੇ ਆਲੂ ਮਿਰੀ ਦਾ ਪਾਣੀ ਤੇ ਰੋਜ਼ਾ ਅਫਤਾਰ ਦੇ ਟਾਈਮ ਹੋ ਗਿਆ ਰੋਜ਼ਾ ਅਫਤਾਰ ਕਰ ਲਓ ਉਦੋਂ ਦਾ ਨਿਸ਼ਾਨ ਕਰਨਾ ਜੀ ਬismillah ਰਹਿਮਾਨ ਰਹੀਮ ਅੱਲਾਹੁ ਮੈਨੇ ਵੀ ਅੱਲਾਹ ਕਸਮ ਤੋਂ ਵਾਦੀ ਕਮਨ ਤੋਂ ਵਾਲੀ ਕਤਲਾ ਕਰ ਤੋਂ ਵਾਲਾ ਅੱਜ ਕੇ ਕਾ ਅਫਤਾਰ ਬismillah ਰਹਿਮਾਨ ਰਹੀਮ ਤੇ ਅੱਜ ਅਸੀਂ ਆਏ ਲੱਗਦਾ ਨਾਨਾ ਫੌਤ ਹੋਇਆ ਤੈਨੂੰ ਪਤਾ ਤੁਸੀਂ ਪਿਛਲੀ ਵੀਡੀਓ 'ਚ ਵੇਖਿਆ ਹੋਵੇਗਾ ਤੇ ਉਹ ਫਲਕ ਦੀ ਮੰਮਾ ਹੋਰੀ ਪਰਸੋਂ ਦੇ ਇੱਥੇ ਸਨ ਤੇ ਮੈਂ ਅੱਜ ਉਹਨਾਂ ਨੂੰ ਲੈਣ ਵਾਸਤੇ ਆਇਆ ਤੇ ਤਕਰੀਬਨ ਰੋਜ਼ਾ ਖੁੱਲ੍ਹਣ 'ਚ ਅੱਧਾ ਘੰਟਾ ਰਹਿ ਗਿਆ ਤੇ ਰੋਜ਼ੇ ਦੀ ਇਫਤਾਰੀ ਹੈ ਲੱਗਦਾ ਸਸਰਾਲ ਵਾਲਿਆਂ ਕੋਲ ਕਰਨੀ ਪਏਗੀ ਤੇ ਕਿਉਂਕਿ ਤੁਰਦਾ ਟਾਈਮ ਹੋ ਜਾਣਾ ਤੇ ਰੋਜ਼ੇ ਦੀ ਇਫਤਾਰੀ ਅੱਜ ਇੱਥੇ ਕਰਾਂਗੇ ਤੇ ਜਿਹੜਾ ਅਸੀਂ ਹੁਣ ਪਹੁੰਚ ਗਏ ਆਪਣੇ ਸਸਰਾਲ ਹੁਣ ਪਹੁੰਚ ਕੇ ਘਰ ਤੇ ਅੱਜ ਇੱਕ ਚੀਜ਼ ਦੀ ਕਮੀ ਮਹਿਸੂਸ ਹੋਈ ਅੱਗੇ ਜਦੋਂ ਆਈਦਾ ਸੀ ਮੈਂ ਸਭ ਤੋਂ ਪਹਿਲੇ ਫਲਕ ਦੇ ਨਾਨੇ ਨੂੰ ਮਿਲੀਦਾ ਸੀ ਤੇ ਉਹ ਤੁਹਾਨੂੰ ਪਤਾ ਅੱਲਾ ਨੂੰ ਪਿਆਰੇ ਹੋ ਗਏ ਨੇ ਤੇ ਫਲਕ ਦਾ ਮਾਮੂ ਜਿਹੜਾ ਉਹ ਤਾਂ ਅਕਸਰ ਇਸ ਟਾਈਮ ਨਾਲ ਨੈੱਟ ਤੇ ਗਿਆ ਹੁੰਦਾ ਨੈੱਟ ਖੇਡਣ ਗਿਆ ਹੁੰਦਾ ਤੇ ਇਸ ਵਾਸਤੇ ਅੱਜ ਕਮੀ ਮਹਿਸੂਸ ਹੋਈ ਉਹਨਾਂ ਦੀ ਕਿ ਅੱਗੇ ਸਭ ਤੋਂ ਪਹਿਲੇ ਉਹਨਾਂ ਨੂੰ ਆਣ ਕੇ ਮਿਲੀਦਾ ਤੇ ਹੁਣ ਉਹਦੇ ਮਾਮੂ ਦਾ ਕਰਨਾ ਵੇਟ ਉਹਨਾਂ ਦੇ ਰੋਹ ਆ ਜਾਂਦਾ ਤੇ ਉਧਰੋਂ ਸਾਰੀ ਦਾ ਟਾਈਮ ਹੋ ਜਾਏਗਾ ਤੇ ਫਿਰ ਕਰਾਂਗੇ ਰੋਜ਼ਾ ਅਫਤਾਰ ਉਹ ਸੌਰੀ ਇੱਕ ਚੀਜ਼ ਤਾਂ ਯਾਦ ਭੁੱਲ ਗਿਆ ਵੀ ਫਲਕ ਦਾ ਮਾਮੂ ਨਾ ਫਲਕ ਦੀ ਖਾਲਾ ਨੂੰ ਛੱਡਣ ਵਾਸਤੇ ਗਏ ਨੇ ਤੇ ਉਹ ਨੈੱਟ ਦੇ ਕਿਉਂਕਿ ਅੱਜ ਕੱਲ੍ਹ ਨਹੀਂ ਜਾ ਰਹੇ ਕਿਉਂਕਿ ਅੱਜ ਕੱਲ੍ਹ ਲੋਕ ਅਫਸੋਸ ਕਰਨ ਵਾਸਤੇ ਆਉਂਦੇ ਨੇ ਤੇ ਉਹਨਾਂ ਕੋਲ ਬੈਠੇ ਹੁੰਦੇ ਨੇ ਤੇ ਮੈਂ ਹੁਣ ਘਰ ਵਾਲੇ ਪੁੱਛਿਆ ਉਹ ਕਹਿੰਦੇ ਨੇ ਆਪਣੇ ਫਲਕ ਦੀ ਨਾ ਆਂਟੀ ਨੂੰ ਛੱਡਣ ਵਾਸਤੇ ਗਏ ਰੋਜ਼ ਹੁਣ ਜੇ ਫਲਕ ਦੇ ਮਾਮੂ ਰਾਂ ਨਾ ਮੁਰਗੀਆਂ ਰੱਖੀਆਂ ਨੇ ਤੇ ਉਹਨਾਂ ਨੇ ਮੁਰਗੀਆਂ ਨੇ ਦਿੱਤੇ ਨੇ ਆਂਡੇ ਤੇ ਆਂਡਿਆਂ 'ਚੋਂ ਨਿਕਲੇ ਨੇ ਬੱਚੇ ਤੇ ਉਹ ਮੈਂ ਤੁਹਾਨੂੰ ਦਿਖਾਦਾ ਕਿਹੜੇ ਪਿਆਰੇ ਨੇ ਛੋਟੇ ਕਿੱਡੇ ਪਿਆਰੇ ਨੇ ਕਿੰਨੇ ਨੇ ਹਮਦਾ 15 ਮਾਸ਼ਾਅੱਲਾ ਕਿੰਨੇ ਪਿਆਰੇ ਨੇ ਚਲੋ ਜੀ ਬੱਚੇ ਵੱਖਰੇ ਕਿੰਨੇ ਪਿਆਰੇ ਨੇ ਮੇਰਾ ਦਿਲ ਦੇ ਨੇ ਵੀ ਜਿਹੜਾ ਨਾ ਫਲਕ ਦਾ ਨਾਨਾ ਤੇ ਹੁਣ ਜਿਹੜਾ ਉਹਦਾ ਦਿਲ ਖਿਆਲ ਰੱਖਣ ਵਾਸਤੇ ਹੈ ਨਹੀਂ ਤੇ ਮਾਮੂ ਜਿਹੜਾ ਨਾ ਫਲਕ ਦਾ ਉਹ ਇਵੇਂ ਕਰਦਾ ਵੀ ਉਹ ਕਦੀ ਮੁਰੱਬੇ ਨੇ ਕਦੀ ਕਿੱਦਾਂ ਨਿਕਲਿਆ ਰਹਿੰਦਾ ਤੇ ਇਹ ਸੰਭਾਲ ਲਿਆ ਨਹੀਂ ਕਿਸੇ ਨੇ ਮੈਨੂੰ ਖੜਨੇ ਪੈਣੇ ਲੱਗਦਾ ਚਲੋ ਜੀ ਮਾਸ਼ਾਅੱਲਾ ਉਹ ਇੱਕ ਮਛੀ ਮੁਰਗੀ ਜਿਹੜੀ ਨਾ ਉਹ ਦੇਸੀ ਮੁਰਗੀ ਉਹ ਵਿਖਾਈ ਵੇਖੀ ਹੈ ਅਤੇ ਉਹ ਬੱਚੇ ਦੇਖੇ ਨੇ ਬੜੇ ਪਿਆਰੇ ਨੇ ਕੁਛ ਉਹਨਾਂ 'ਚੋਂ ਲੈ ਕੇ ਜਾਵਾਂਗੇ ਅਤੇ ਕੁਛ ਸੀਲ ਮੁਰਗੀ ਨੇ ਬੱਚੇ ਕੱਢੇ ਨੇ ਕੁਛ ਇਹਨਾਂ 'ਚ ਲੈ ਕੇ ਜਾਵਾਂਗੇ ਇਹ ਵੀ ਤੁਹਾਨੂੰ ਮੈਂ ਦਿਖਾਉਣਾ ਸਾਡੇ ਖੁੱਡੇ ਤੋਂ ਬਾਹਰ ਕੱਢੇ ਬਾਹਰ ਹੀ ਨਿਕਲਦੇ ਇਸ ਵੇਲੇ ਆਣ ਗਿਆ ਆਣ ਕੇ ਬਾਹਰ ਆਇਆ ਇਹ ਸੀਲ ਮੁਰਗੀ ਬੱਚੇ ਨੇ ਨਾ ਮਾਸ਼ਾਅੱਲਾ ਕਿੰਨੇ ਪਿਆਰੇ ਇਹ ਥੋੜੇ ਨੇ ਤੇ ਤੂੰ ਤਾਂ ਬਤਾਉਣਾ 15 ਤਿੰਨ 6 9 10 11 12 11 ਕਿੰਨੇ ਪਿਆਰੇ ਨੇ ਮਾਸ਼ਾਅੱਲਾ ਉਹ ਜੀ ਰੋਜ਼ਾ ਅਫਤਾਰ ਦਾ ਟਾਈਮ ਹੋ ਗਿਆ ਤੇ ਰੋਜ਼ਾ ਅਫਤਾਰ ਕਰਨ ਲੱਗੇ ਆ ਬਿਸਮਿਲ੍ਲਾ ਰਹਿਮਾਨ ਰਹੀਮ ਅੱਲਾਹੁਮਾ ਇਨੀ ਲਾ ਕਸਮ ਤੂ ਵਾ ਬਿਕ ਅਮਨ ਤੂ ਵਾ ਅਲੈਕ ਤਵੱਕਲ ਤੂ ਵਾ ਲਾ ਇਜ਼ਕ ਕਾ ਅਫਤਾਰ ਬਿਸਮਿਲ੍ਲਾ ਰਹਿਮਾਨ ਰਹੀਮ ਅਫਤਾਰ ਦੇ ਬਾਅਦ ਸਾਡੇ ਕੋਲ ਖਜੂਰਾਂ ਪਕੌੜੇ ਤੇ ਜਾਮੇ ਸ਼ੀਰ ਵਾਲਾ ਦੂਧ ਜਦ
ਇਹ ਸੀ ਮੇਰਾ ਅੱਜ ਦਾ ਵਲੌਗ ਉਮੀਦ ਕਰਦਾ ਤੁਹਾਨੂੰ ਚੰਗਾ ਲੱਗਾ ਹੋਵੇਗਾ ਚੰਗਾ ਲੱਗਾ ਤਾਂ ਲਾਈਕ ਕਰੋ ਸ਼ੇਅਰ ਕਰੋ ਆਪਣੇ ਦੋਸਤਾਂ ਨਾਲ ਤੇ ਨਾਲੇ ਮੇਰੇ ਲਾਡਲਾ ਜੱਟ ਵਲੌਗ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਹੁਣ ਮਿਲਾਂਗੇ ਅਗਲੀ ਵੀਡੀਓ ਚ ਅੱਲਾ ਹਾਫਿਜ਼।